ਸਾਥੀਓ ਮੈਂ ਰਜਿੰਦਰ ਰਾਣਾ ਸਟੇਟ ਕਨਵੀਨਰ ਬਹੁਜਨ ਕ੍ਰਾਂਤੀ ਮੋਰਚਾ ਪੰਜਾਬ। ਅੱਜ ਮੈਂ ਇਹ ਵੀਡੀਓ ਪ੍ਰਸ਼ਾਸਨ ਦੇ ਧਿਆਨ ਹੈ ਤੇ ਗੱਲ ਲਿਆਉਣ ਦੇ ਲਈ ਪਾ ਰਿਹਾ ਕਿ ਬਈ ਕਰੋਨਾ ਵਾਇਰਸ ਦਾ ਜਿਹੜਾ ਕੁਦਰਤੀ ਪ੍ਰਕੋਪ ਆ ਉਹਦਾ ਮੁਕਾਬਲਾ ਅਸੀਂ ਇਸ ਦੇਸ਼ ਦੇ ਵਿੱਚ ਕਰ ਸਕਦੇ ਹਾਂ, ਕਿਉਂਕਿ ਇਹ ਕਰੋਨਾ ਵਾਇਰਸ ਕੋਈ ਪਰਮਾਨੈਂਟ ਕਿਸੇ ਦੇਸ਼ ਨੂੰ ਨਿਗਲਣ ਵਾਲੀ ਜਿਹੜਾ ਖਤਰਾ ਨਹੀਂ ਹੈ। ਜੇ ਚਾਈਨਾ ਦੇ ਵਿੱਚ ਆਇਆ ਤਾਂ ਚਾਈਨਾ ਨੇ ਵੀ ਇਹਨੂੰ ਕੰਟਰੋਲ ਕੀਤਾ। ਅੱਜ ਜੇਕਰ ਇਹਦੇ ਪੈਰ ਇਟਲੀ, ਪੈਰਿਸ ਜਾਂ ਫਰਾਂਸ ਦੇ ਵਿੱਚ ਫੈਲੇ ਆ ਤਾਂ ਉੱਥੇ ਵੀ ਹੁਣ ਜਿਹੜਾ ਡੈਥ ਰੇਟ ਆ ਉਹ ਘਟਣਾ ਸ਼ੁਰੂ ਹੋ ਗਿਆ। ਔਰ ਭਾਰਤ ਦੇ ਵਿੱਚ ਵੀ ਜੇਕਰ ਇਹਦਾ ਜਿਹੜਾ ਕਰੋਪ ਆ ਉਹ ਵੱਧਦਾ ਤੇ ਉਹਨੂੰ ਵੀ ਅਸੀਂ ਕਾਬੂ ਕਰ ਸਕਦੇ ਹਾਂ। ਪਰ ਕਰੋਨਾ ਵਾਇਰਸ ਦੀ ਆੜ ਦੇ ਵਿੱਚ ਜਿਹੜਾ ਇਸ ਦੇਸ਼ ਦੇ ਅੰਦਰ ਖੇਡ ਖੇਡਿਆ ਜਾ ਰਿਹਾ ਉਹ ਇੰਨਾ ਖਤਰਨਾਕ ਆ ਕਿ ਉਹ ਇਸ ਦੇਸ਼ ਨੂੰ ਪੂਰੀ ਤਰ੍ਹਾਂ ਨਿਗਲ ਲਏਗਾ ਔਰ ਇਸ ਦੇਸ਼ ਦਾ ਅਮਨ ਔਰ ਭਾਈਚਾਰਕ ਸਾਂਝ ਔਰ ਇਸ ਦੇਸ਼ ਦਾ ਢਾਂਚਾ ਜਿਹੜਾ ਆ ਉਹ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਜਾਏਗਾ। ਔਰ ਇਸ ਦੇਸ਼ ਦੇ ਅੰਦਰ ਅਸੀਂ ਜਿੱਥੇ ਆਪਣੇ ਆਪ ਨੂੰ ਵਿਸ਼ਵ ਦਾ ਜਿਹੜਾ ਆ ਉਹ ਨਕਸ਼ੇ ਤੇ ਵਾਰਨਾ ਚਾਹੁੰਦੇ ਹਾਂ ਇਹ ਦੇਸ਼ ਜਿਹੜਾ ਮਿੱਟੀ ਦੇ ਵਿੱਚ ਮਿਲ ਜਾਏਗਾ, ਕਿਉਂਕਿ ਇਸ ਦੇਸ਼ ਦੇ ਅੰਦਰ ਕਰੋਨਾ ਵਾਇਰਸ ਦੀ ਆੜ ਦੇ ਅੰਦਰ ਜਿਸ ਤਰ੍ਹਾਂ ਹਿੰਦੂ ਔਰ ਮੁਸਲਮਾਨ ਦਾ ਮੁੱਦਾ ਵਾਰਿਆ ਜਾ ਰਿਹਾ ਔਰ ਇਸ ਦੇਸ਼ ਦੇ ਅੰਦਰ ਕਰੋਨਾ ਵਾਇਰਸ ਨੂੰ ਲਿਆਉਣ ਦਾ ਜਿਹੜਾ ਮਤਲਬ ਪੂਰੀ ਤਰ੍ਹਾਂ ਜਿਹੜਾ ਉਹਨੂੰ ਜ਼ਿੰਮੇਵਾਰ ਮੁਸਲਿਮ ਸਮਾਜ ਨੂੰ ਠਹਿਰਾਇਆ ਜਾ ਰਿਹਾ। ਔਰ ਇਹ ਕੋਈ ਘਟਨਾ ਜਿਹੜੀ ਆ ਇਹ ਕੋਈ ਸਧਾਰਨ ਘਟਨਾ ਨਹੀਂ ਹੈ। ਇਹ ਇਸ ਦੇਸ਼ ਦੇ ਅੰਦਰ ਇਹ ਇੱਕ ਫਿਰਕਾ ਪ੍ਰਸਤੀ ਔਰ ਨਫ਼ਰਤ ਦੀ ਜਿਹੜੀ ਰਾਜਨੀਤੀ ਇਸ ਕਰੋਨਾ ਵਾਇਰਸ ਦੀ ਆੜ ਦੇ ਵਿੱਚ ਖੇਡੀ ਜਾ ਰਹੀ ਹੈ ਇਹ ਬਹੁਤ ਵੱਡਾ ਇਸ ਦੇਸ਼ ਦੇ ਅੰਦਰ ਜਿਹੜਾ ਆ ਉਹ ਭਿਅੰਕਰ ਸਥਿਤੀ ਜਿਹੜੀ ਪੈਦਾ ਕਰ ਸਕਦਾ, ਕਿਉਂਕਿ ਫਿਰਕਾ ਪ੍ਰਸਤੀ ਦੀ ਜਿਹੜੀ ਨਫ਼ਰਤ ਦੀ ਜਿਹੜੀ ਰਾਜਨੀਤੀ ਆ ਜਾਂ ਨਫ਼ਰਤ ਦੀ ਖੇਡ ਆ ਜਾਂ ਆਪਣੇ ਪੋਲੀਟੀਕਲ ਮਨੋਰਥਾਂ ਨੂੰ ਸਿੱਧ ਕਰਨ ਦੇ ਲਈ ਜਾਂ ਪੋਲੀਟੀਕਲ ਬੈਨੀਫਿਟ ਦੇ ਲਈ ਇਹ ਜਿਹੜਾ ਨਫ਼ਰਤ ਦਾ ਜਾਂ ਫਿਰਕਾ ਪ੍ਰਸਤੀ ਦਾ ਜਾਂ ਜਾਤ ਪਾਤ ਦਾ ਜਾਂ ਧਰਮ ਦਾ ਕਾਰਡ ਖੇਡਿਆ ਜਾਂਦਾ ਔਰ ਇੱਕ ਧਰਮ ਨੂੰ ਦੂਸਰੇ ਧਰਮ ਦੇ ਵਿਰੋਧ ਦੇ ਵਿੱਚ ਖੜਾ ਕਰਕੇ ਆਪਣੇ ਆਪ ਨੂੰ ਇਸ ਦੇਸ਼ ਦੇ ਅੰਦਰ ਚਿਰਸਥਾਈ ਜਿਹੜਾ ਉਹ ਸ਼ਾਸਕ ਕਰਦਾ ਜਮਾਤ ਬਣਾਉਣ ਦਾ ਪ੍ਰਯਾਸ ਕੀਤਾ ਜਾਂਦਾ। ਇਹਦਾ ਜਿਹੜਾ ਇਤਿਹਾਸ ਆ ਉਹ ਭਾਰਤ ਦੀ ਧਰਤੀ ਇਸ ਚੀਜ਼ ਦੀ ਗਵਾਹ ਆ ਕਿ 1947 ਦੇ ਅੰਦਰ ਜਦੋਂ ਭਾਰਤ ਔਰ ਪਾਕਿਸਤਾਨ ਦੋ ਟੁਕੜਿਆਂ ਦੇ ਵਿੱਚ ਵੰਡਿਆ ਔਰ ਇੰਨਾ ਵੱਡੀ ਪੱਧਰ 'ਤੇ ਕਤਲੇਆਮ ਹੋਇਆ ਕਿ ਜਿਹੜੇ ਲੋਕਾਂ ਨੇ ਉਸ ਵੇਲੇ ਦਾ ਮੰਜ਼ਰ ਆਪਣੀਆਂ ਨਿਗਾਹ ਦੇ ਨਾਲ ਦੇਖਿਆ ਆ ਉਹਨਾਂ ਨੂੰ ਪੁੱਛੋ ਕਿ ਜਿਹੜੀ ਫਿਰਕਾ ਪ੍ਰਸਤੀ ਦੀ ਆਗਿਆ ਇਹਦੇ ਵਿੱਚ ਕਿੰਨੇ ਲੋਕ ਜਿਹੜੇ ਆ ਜਾਂ ਕਿੰਨੇ ਪਰਿਵਾਰ ਆ ਜਾਂ ਕਿੰਨਾ ਇਸ ਦੇਸ਼ ਦੇ ਅੰਦਰ ਜਿਹੜੀ ਬਰਬਾਦੀ ਦਾ ਆਲਮ ਜਿਹੜਾ ਤਾਂਡਵ ਆ ਉਹ ਜਿਹੜਾ ਹੁੰਦਾ। ਔਰ 1984 ਦੇ ਅੰਦਰ ਖਾਲਿਸਤਾਨ ਵਰਸਿਸ ਹਿੰਦੁਸਤਾਨ ਦੇ ਨਾਂ 'ਤੇ ਜਿਹੜਾ ਇਸ ਦੇਸ਼ ਦੇ ਅੰਦਰ ਤਾਂਡਵ ਹੋਇਆ ਉਹਨੂੰ ਪੰਜਾਬ ਦੇ ਵਿੱਚ ਰਹਿਣ ਵਾਲਾ ਹਰ ਜਿਹੜਾ ਪੰਜਾਬੀ ਆ ਉਹ ਚੰਗੀ ਤਰ੍ਹਾਂ ਜਾਣਦਾ ਔਰ ਭਾਰਤ ਦੀਆਂ ਹਕੂਮਤਾਂ ਵੀ ਇਹਨੂੰ ਚੰਗੀ ਤਰ੍ਹਾਂ ਜਾਣਦੀਆਂ ਕਿ ਇਸ ਤਰ੍ਹਾਂ ਦੀ ਜਿਹੜੀ ਫਿਰਕਾ ਪ੍ਰਸਤੀ ਦੀ ਜਿਹੜੀ ਨਫ਼ਰਤ ਦੀ ਰਾਜਨੀਤੀ ਆ ਉਹਦਾ ਦੇਸ਼ ਨੂੰ ਕਿੰਨੀ ਵੱਡੀ ਪੱਧਰ 'ਤੇ ਜਿਹੜਾ ਆ ਉਹ ਖਮਿਆਜਾ ਭੁਗਤਣਾ ਪੈਂਦਾ। ਔਰ ਅੱਜ ਇਹ ਕਰੋਨਾ ਵਾਇਰਸ ਜਿੱਥੇ ਪੂਰੇ ਦੇਸ਼ ਨੂੰ ਇਕੱਠੇ ਹੋ ਕੇ ਇਹ ਕਰੋਨਾ ਵਾਇਰਸ ਜਿਹੜਾ ਕੁਦਰਤੀ ਪ੍ਰਕੋਪ ਆ ਇਹਦਾ ਸਾਨੂੰ ਸਾਹਮਣਾ ਕਰਨਾ ਚਾਹੀਦਾ, ਇਹਦਾ ਮੁਕਾਬਲਾ ਕਰਨਾ ਚਾਹੀਦਾ ਔਰ ਇਸ ਦੇਸ਼ ਦੇ ਹਰ ਨਾਗਰਿਕ ਨੂੰ ਉਹਦੀਆਂ ਰੋਜ਼ਮਰਾ ਦੀ ਜ਼ਿੰਦਗੀ ਨੂੰ ਜਿਉਣ ਦੀਆਂ ਜਿਹੜੀਆਂ ਬੁਨਿਆਦੀ ਲੋੜਾਂ ਆ ਉਹਨੂੰ ਸੈਂਟਰ ਸਰਕਾਰ ਜਾਂ ਸਟੇਟ ਸਰਕਾਰਾਂ ਨੇ ਪੂਰੀਆਂ ਕਰਨਾ ਔਰ ਭਾਰਤ ਦੇ ਹਰ ਨਾਗਰਿਕ ਨੂੰ ਸੁਰੱਖਿਆ ਮੁਹੱਈਆ ਕਰਵਾਉਣੀ ਆ। ਉੱਥੇ ਇਸ ਦੇਸ਼ ਦੇ ਅੰਦਰ ਜਿਹੜੇ ਸਮਾਜਿਕ ਬਾਈਕਾਟ ਕਰਨੇ ਸ਼ੁਰੂ ਕਰਤੇ ਆ, ਗੁੱਜਰ ਭਾਈਚਾਰੇ ਨੂੰ ਇਹ ਕਹਿ ਦਿੱਤਾ ਗਿਆ ਕਿ ਬਈ ਇਹਨਾਂ ਦਾ ਨਾ ਕਿਸੇ ਨੇ ਦੁੱਧ ਲੈਣਾ ਨਾ ਕਿਸੇ ਨੂੰ ਇਹਨਾਂ ਦੇ ਨਾਲ ਕੋਈ ਮੇਲ ਜੋਲ ਰੱਖਣਾ। ਇਹ ਜਿਹੜਾ ਦੇਸ਼ ਦੇ ਅੰਦਰ ਪਿੰਡ ਪਿੰਡ ਦੇ ਵਿੱਚ ਜਿਹੜਾ ਹੋਕਾ ਦਿੱਤਾ ਜਾ ਰਿਹਾ ਔਰ ਪਿੰਡ ਦੇ ਅੰਦਰ ਪਿੰਡਾਂ ਦੇ ਵਿੱਚ ਜਿਹੜੀ ਮਾਨਸਿਕਤਾ ਬਣ ਗਈ ਗੁੱਜਰਾਂ ਦੇ ਪ੍ਰਤੀ ਔਰ ਇਹ ਜਿਹੜਾ ਕਿਸ ਮੰਜ਼ਰ ਦੇ ਵੱਲ ਜਾਂ ਕਿਸ ਰਸਤੇ 'ਤੇ ਅਸੀਂ ਆਵਾਮ ਨੂੰ ਤੋੜ ਦਿੱਤਾ। ਔਰ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਬਹੁਤ ਸਾਰੀਆਂ ਵੀਡੀਓ ਇੱਦਾਂ ਦੀਆਂ ਵਾਇਰਲ ਹੋ ਰਹੀਆਂ ਕਿ ਪਿੰਡਾਂ ਦੇ ਵਿੱਚ ਬੁਨਿਆਦੀਆਂ ਕਰਵਾਈਆਂ ਜਾ ਰਹੀਆਂ ਕਿ ਕੋਈ ਮੁਸਲਿਮ ਜਾਂ ਮੌਲਾਨਾ ਤੁਹਾਡੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਨਹੀਂ ਬਣਨਾ ਚਾਹੀਦਾ। ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਬਹੁਤ ਸਾਰੀਆਂ ਜਿਹੜੀਆਂ ਪੋਸਟਾਂ ਇੱਦਾਂ ਦੀਆਂ ਦੇਖਣ ਨੂੰ ਮਿਲ ਰਹੀਆਂ ਕਿ ਲੋਕ ਆਪਣੇ ਪਿੰਡਾਂ ਦੇ ਵਿੱਚ ਜਾਂ ਮੁਹੱਲਿਆਂ ਦੇ ਵਿੱਚ ਜਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਮੀਟਿੰਗਾਂ ਕਰ ਰਹੇ ਆ
ਕਿ ਬਈ ਸਾਨੂੰ ਜਿਹੜਾ ਆ ਆਪਣੇ ਮੁਹੱਲਿਆਂ ਦੇ ਵਿੱਚ ਆਪਣੀਆਂ ਕਲੋਨੀਆਂ ਦੇ ਵਿੱਚ ਮੁਸਲਮਾਨਾਂ ਨੂੰ ਜਾਂ ਮੁਲਾਨਾ ਨੂੰ ਕਿਸੇ ਦੀ ਐਂਟਰੀ ਜਿਹੜੀ ਆ ਉਹ ਅਲਾਓ ਨਹੀਂ ਕਰਨੀ ਚਾਹੀਦੀ, ਇਹਨਾਂ ਦੀ ਐਂਟਰੀ ਬੈਨ ਕਰਨੀ ਚਾਹੀਦੀ ਆ। ਤਾਂ ਮੈਂ ਤੁਹਾਨੂੰ ਇਹੋ ਗੱਲ ਕਹਿਣੀ ਚਾਹੁੰਦਾ ਕਿ 1947 ਔਰ 1984 ਦਾ ਜਿਹੜਾ ਇਹ ਫਿਰਕਾ ਪ੍ਰਸਤੀ ਦਾ ਜਿਹੜਾ ਸੰਤਾਪ ਆ ਇਹਨੂੰ ਅਸੀਂ ਭੋਗ ਚੁੱਕੇ ਹਾਂ। ਔਰ ਹੁਣ ਇਸ ਦੇਸ਼ ਦੇ ਅੰਦਰ ਜੇਕਰ ਹਿੰਦੂ ਔਰ ਮੁਸਲਮਾਨ ਦਾ ਕਾਰਡ ਖੇਲਿਆ ਗਿਆ ਤਾਂ ਮੈਂ ਤੁਹਾਨੂੰ ਇਹੋ ਪ੍ਰਸ਼ਾਸਨ ਨੂੰ ਇਸ ਵੀਡੀਓ ਦੇ ਜ਼ਰੀਏ ਇਹ ਮੈਂ ਸੁਨੇਹਾ ਦੇਣਾ ਚਾਹੁੰਦਾ। ਔਰ ਜਿਹੜੇ ਸਾਥੀ ਇਸ ਵੀਡੀਓ ਨੂੰ ਦੇਖਦੇ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜੇਕਰ ਸਮੇਂ ਦੀਆਂ ਸਰਕਾਰਾਂ ਦਾ ਕੋਈ ਇਹਦੇ ਪਿੱਛੇ ਹਿਡਨ ਏਜੰਡਾ ਆ ਤਾਂ ਲੋਕ ਉਹਦੇ ਤੋਂ ਜਾਗਰੂਕ ਹੋ ਕੇ ਇਹਨੂੰ ਕਾਊਂਟਰ ਕਰ ਸਕਣ, ਇਹਨੂੰ ਮਤਲਬ ਨਕਾਰ ਸਕਣ ਇਸ ਗੱਲ ਨੂੰ। ਕਿਉਂਕਿ ਸਾਥੀਓ ਕਰੋਨਾ ਦੇ ਨਾਲ ਮੁਸਲਮਾਨ ਭਾਈਚਾਰੇ ਜਾਂ ਮੁਸਲਮਾਨ ਨੇ ਕਰੋਨਾ ਨੂੰ ਲੈ ਕੇ ਆਉਂਦਾ ਦੇਸ਼ ਦੇ ਵਿੱਚ, ਇਹਦੇ ਪਿੱਛੇ ਕੋਈ ਆਧਾਰ ਨਹੀਂ ਹੈ। ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਕੇਸ ਭਾਰਤ ਦੀ ਧਰਤੀ 'ਤੇ ਆਇਆ ਉਹ 30 ਜਨਵਰੀ ਨੂੰ ਆਇਆ ਸੀ, ਔਰ 30 ਜਨਵਰੀ ਨੂੰ ਜਿਹੜਾ ਭਾਰਤ ਦੇ ਵਿੱਚ ਪਹਿਲਾ ਪੋਜ਼ਿਟਿਵ ਕੇਸ ਜਿਹੜਾ ਉਹ ਆਈਡੈਂਟੀਫਾਈ ਹੋਇਆ। ਔਰ ਹੁਣੇ ਹੁਣੇ 8 ਮਾਰਚ ਨੂੰ ਜਿਹੜੀ ਕਨਿਕਾ ਕਪੂਰ ਆ ਉਹ ਵਿਦੇਸ਼ ਦੀ ਧਰਤੀ ਤੋਂ ਆਈ ਔਰ ਬਿਨਾਂ ਮਤਲਬ ਉਹ ਪੋਜ਼ਿਟਿਵ ਹੋਣ ਦੇ ਬਾਵਜੂਦ ਵੀ ਏਅਰਪੋਰਟ ਤੋਂ ਆਈ ਔਰ ਬਹੁਤ ਸਾਰੀਆਂ ਉਹਨੇ ਪਾਰਟੀਆਂ ਅਟੈਂਡ ਕੀਤੀਆਂ, ਪਤਾ ਨਹੀਂ ਕਿੰਨੇ ਲੋਕਾਂ ਨੂੰ ਉਹ ਮਿਲੀ। ਔਰ 8 ਮਾਰਚ ਤੋਂ ਲੈ ਕੇ 20 ਮਾਰਚ ਤੱਕ ਉਹ ਨਿਰੰਤਰ ਜਿਹੜੀ ਆ ਉਹ ਆਪਣਾ ਕੰਮ ਰੋਜ਼ਮਰਾ ਦਾ ਜਿਹੜਾ ਉਹ ਕਰਦੀ ਰਹੀ ਔਰ ਲੋਕਾਂ ਨੂੰ ਮਿਲਦੀ ਰਹੀ। ਔਰ ਉਹਨੇ ਕਿੰਨੇ ਲੋਕਾਂ ਨੂੰ ਜਿਹੜਾ ਉਹ ਵਾਇਰਸ ਦਿੱਤਾ ਹੋਏਗਾ ਜੇ ਆਪਾਂ ਇਹੋ ਮੰਨੀਏ ਕਿ ਬਈ ਇਹਨੂੰ ਮੁਸਲਮਾਨ ਪ੍ਰਚਾਰ ਆ ਕਨਿਕਾ ਕਪੂਰ ਦਾ। ਠੀਕ ਆ ਬਈ ਉਹ ਵੀ ਇਨਸਾਨ ਆ, ਮੁਸਲਮਾਨ ਵੀ ਇਨਸਾਨ ਆ, ਲੇਕਿਨ ਮੁਸਲਮਾਨ ਧਰਮ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਸੀ। ਔਰ ਚਾਈਨਾ ਦੇ ਵਿੱਚ ਜਿਹੜਾ ਆ ਉਹ ਮੁਸਲਮਾਨਾਂ ਨੇ ਨਹੀਂ ਫੈਲਾਇਆ, ਜਾਂ ਰੋਮ ਦੀ ਗੱਲ ਕਰੀਏ ਜਾਂ ਇਟਲੀ ਦੀ ਗੱਲ ਕਰੀਏ ਜਾਂ ਮਤਲਬ ਫਰਾਂਸ ਪੈਰਿਸ ਦੀ ਗੱਲ ਕਰੀਏ, ਉਹ ਮੁਸਲਿਮ ਕੰਟਰੀ ਨਹੀਂ, ਉੱਥੇ ਕਿਸੇ ਮੁਸਲਮਾਨ ਨੇ ਇਹਨੂੰ ਵਾਇਰਸ ਨੂੰ ਨਹੀਂ ਫੈਲਾਇਆ। ਇਹ ਕੰਟਰੀਆਂ ਦੇ ਵਿੱਚ ਵਾਇਰਸ ਇੱਕ ਬਿਮਾਰੀ ਸੀ, ਜਦੋਂ ਇਹੋ ਵਾਇਰਸ ਪੰਜਾਬ ਭਾਰਤ ਦੇ ਵਿੱਚ ਆ ਗਿਆ ਤਾਂ ਇਹ ਜਿਹੜਾ ਵਾਇਰਸ ਹੈ ਮੁਸਲਿਮ ਹੋ ਗਿਆ। ਇਹ ਬੜੀ ਬਦਕਿਸਮਤੀ ਆ ਸਾਡੇ ਲਈ। ਔਰ ਮੈਂ ਪ੍ਰਸ਼ਾਸਨ ਨੂੰ ਔਰ ਜਿਹੜੇ ਸਾਥੀ ਇਸ ਵੀਡੀਓ ਨੂੰ ਦੇਖ ਰਹੇ ਆ ਉਹਨਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਜੇ ਤੁਸੀਂ ਸ਼ੇਅਰ ਕਰਨਾ ਪਸੰਦ ਨਹੀਂ ਕਰਦੇ ਤਾਂ ਆਪਣੇ ਮੁਖਾਰਵਿੰਦ ਤੋਂ ਇੱਦਾਂ ਹੀ ਵੀਡੀਓ ਬਣਾ ਕੇ ਕਿ ਇਸ ਦੇਸ਼ ਦੇ ਅੰਦਰ ਕੋਰੋਨਾ ਵਾਇਰਸ ਨੂੰ ਮੁਸਲਿਮ ਦੇ ਨਾਲ ਜੋੜ ਕੇ ਮੁਸਲਮਾਨ ਸਮਾਜ ਦਾ, ਗੁੱਜਰ ਸਮਾਜ ਦਾ ਬਾਈਕਾਟ ਕਰਨ ਤੋਂ ਲੋਕਾਂ ਨੂੰ ਰੋਕਿਆ ਜਾਵੇ। ਔਰ ਪ੍ਰਸ਼ਾਸਨ ਨੂੰ ਮੇਰੀ ਇਹੋ ਅਪੀਲ ਆ ਕਿ ਇਹੋ ਜਿਹੀ ਫਿਰਕਾ ਪ੍ਰਸਤੀ ਦੀ ਅੱਗ ਦੇ ਵਿੱਚ ਝੁਕਣ ਤੋਂ ਦੇਸ਼ ਨੂੰ ਬਚਾਉਣ ਦੇ ਲਈ ਉਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ, ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਇੱਕ ਸਿਵ ਸੈਨਾ ਦੇ ਆਗੂ ਦੇ ਉੱਤੇ ਇਹ ਮੁਸਲਮਾਨਾਂ ਨੂੰ ਕੋਰੋਨਾ ਵਾਇਰਸ ਦਾ ਜਿਹੜਾ ਆ ਉਹ ਦੋਸ਼ੀ ਠਹਿਰਾਉਣ ਦੇ ਜਦੋਂ ਉਹਦੇ ਬਿਆਨ 'ਤੇ ਉਹਦੇ 'ਤੇ FIR ਦਰਜ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ। ਇਸੇ ਤਰਜ਼ 'ਤੇ ਜਿਹੜੇ ਲੋਕ ਪਿੰਡਾਂ ਦੇ ਵਿੱਚ ਗੁੱਜਰ ਭਾਈਚਾਰੇ ਦਾ ਬਾਈਕਾਟ ਕਰਦੇ ਆ, ਜਿਹੜੇ ਲੋਕ ਆਪਣੇ ਮੁਹੱਲਿਆਂ ਆਪਣੀਆਂ ਕਲੋਨੀਆਂ ਦੇ ਵਿੱਚ ਇਹ ਮੀਟਿੰਗਾਂ ਕਰਦੇ ਆ ਕਿ ਮੁਸਲਮਾਨ ਨੂੰ ਆਪਣੀ ਕਲੋਨੀ ਦੇ ਵਿੱਚ ਨਾ ਵੜਨ ਦਿਓ, ਉਹਨਾਂ ਲੋਕਾਂ 'ਤੇ ਤੁਰੰਤ ਪ੍ਰਭਾਵ ਅਧੀਨ ਜਿਹੜਾ FIR ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ ਤਾਂ ਕਿ ਇਸ ਦੇਸ਼ ਨੂੰ ਫਿਰਕਾ ਪ੍ਰਸਤੀ ਦੀ ਅੱਗ ਦੇ ਵਿੱਚ ਝੁਕਣ ਤੋਂ ਬਚਾਇਆ ਜਾ ਸਕੇ। ਔਰ ਦੂਸਰੀ ਅਪੀਲ ਜਿਹੜੀ ਮੇਰੀ ਆ ਸਮੂਹ ਭਾਰਤ ਦੇ ਹਰ ਉਸ ਨਾਗਰਿਕ ਨੂੰ ਆ ਜਿਹੜਾ ਇਸ ਦੇਸ਼ ਦੇ ਨਾਲ ਪਿਆਰ ਕਰਦਾ, ਜਿਹੜਾ ਇਸ ਦੇਸ਼ ਨੂੰ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦਾ, ਉਸ ਮੈਂ ਹਰ ਦੇਸ਼ ਭਗਤ ਨੂੰ, ਹਰ ਭਾਰਤ ਦੇ ਨਾਗਰਿਕ ਨੂੰ ਕਿ ਜੇ ਤੁਸੀਂ ਇਸ ਦੇਸ਼ ਦੇ ਅੰਦਰ ਸਮਤਾ, ਸਮਾਨਤਾ, ਸੁਤੰਤਰਤਾ, ਭਾਈਚਾਰਾ ਔਰ ਨਿਆਂ ਪਸੰਦ ਵਿਚਾਰਧਾਰਾ ਦੀ ਜਿਹੜੀ ਆ ਹੋਂਦ ਨੂੰ ਦੇਖਣਾ ਚਾਹੁੰਦੇ ਹਾਂ ਤਾਂ ਤੁਹਾਨੂੰ ਇਹੋ ਜਿਹੀਆਂ ਗੱਲਾਂ ਦਾ ਵਿਰੋਧ ਕਰਨਾ ਪਵੇਗਾ। ਔਰ ਇਸ ਦੇਸ਼ ਦੇ ਅੰਦਰ ਅੱਜ ਜੇਕਰ ਮੁਸਲਮਾਨ ਨੂੰ ਇਸ ਚੀਜ਼ ਦੇ ਲਈ ਦੋਸ਼ੀ ਠਹਿਰਾ ਕੇ ਉਹਨੂੰ ਦੇਸ਼ ਧਰੋਹੀ ਘੋਸ਼ਿਤ ਕਰਨ ਦਾ ਜਿਹੜਾ ਔਰ ਲੋਕਾਂ ਦੀ ਮਾਨਸਿਕਤਾ ਉਹਦੇ ਵਿਰੋਧ ਦੇ ਵਿੱਚ ਬਣਾਉਣ ਦਾ ਜਿਹੜਾ ਸ਼ਡਿਆਂਤਰ ਹੋ ਰਿਹਾ, ਉਸ ਸ਼ਡਿਆਂਤਰ ਨੂੰ ਸਪੈਸ਼ਲੀ ਤੌਰ 'ਤੇ ਇਸ ਦੇਸ਼ ਦੇ ਅੰਦਰ ਅੰਬੇਡਕਰ ਨੂੰ ਆਪਣਾ ਆਈਡਲ ਮੰਨਣ ਵਾਲੇ, ਅੰਬੇਡਕਰ ਨੂੰ ਆਪਣਾ ਇਸ ਦੇਸ਼ ਦੇ ਅੰਦਰ ਰਹਿਬਰ ਮੰਨਣ ਵਾਲੇ, ਅੰਬੇਡਕਰ ਨੂੰ ਇਸ ਦੇਸ਼ ਦੇ ਅੰਦਰ ਸਮਤਾ, ਸਮਾਨਤਾ, ਸੁਤੰਤਰਤਾ, ਭਾਈਚਾਰਾ ਔਰ ਨਿਆਂ ਪਸੰਦ ਵਿਚਾਰਧਾਰਾ ਦਾ ਮੋਢੀ ਮੰਨਣ ਵਾਲੇ ਲੋਕਾਂ ਨੂੰ, ਜਿਹੜੇ ਆਪਣੇ ਆਪ ਨੂੰ ਇਸ ਦੇਸ਼ ਦੇ ਅੰਦਰ ਅੰਬੇਡਕਰਵਾਦ ਦੇ ਸਮਰਥਕ ਔਰ ਪ੍ਰਚਾਰਕ ਮੰਨਦੇ ਆ, ਉਹਨਾਂ ਨੂੰ ਮੈਂ ਇਹੋ ਗੱਲ ਠੋਕ ਕੇ ਕਹਿਣੀ ਚਾਹੁੰਦਾ। ਔਰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਅੱਜ ਇਸ ਦੇਸ਼ ਦੇ ਅੰਦਰ ਜੇਕਰ SC ST BC OBC ਦਾ ਬੰਦਾ ਜਿਹੜਾ ਆ ਅੱਜ ਉਹ ਇਸ ਦੇਸ਼ ਦੇ ਅੰਦਰ ਸਾਹ ਲੈ ਰਿਹਾ ਤਾਂ ਉਹ ਮੁਸਲਮਾਨ ਭਾਈਚਾਰੇ ਦੀ ਬਦੌਲਤ ਲੈ ਰਿਹਾ। ਔਰ ਜੇਕਰ ਇਹ ਕੋਰੋਨਾ ਵਾਇਰਸ ਦੀ ਆੜ ਦੇ ਅੰਦਰ ਇਸ ਦੇਸ਼ ਦੇ ਅੰਦਰ ਮੁਸਲਮਾਨ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਰਾਜਨੀਤਿਕ ਪੱਤਾ ਖੇਡਿਆ ਜਾਂਦਾ ਔਰ ਉਹਨੂੰ ਇਸ ਦੇਸ਼ ਦੇ ਅੰਦਰ ਦੇਸ਼ ਧਰੋਹੀ ਦੇ ਵਜੋਂ ਜਿਹੜਾ ਉਭਾਰਿਆ ਜਾਂਦਾ ਔਰ ਭਾਰਤ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਮਾਨਸਿਕਤਾ ਉਹਨਾਂ ਦੇ ਵਿਰੋਧ ਦੇ ਵਿੱਚ ਨਿਰਮਾਣ ਕਰਨ ਦਾ ਯਤਨ ਕੀਤਾ ਜਾਂਦਾ,
ਤਾਂ ਮੈਂ ਇਸ ਦੇਸ਼ ਦੀਆਂ ਸਰਕਾਰਾਂ ਨੂੰ ਇਹੋ ਚੇਤਾਵਨੀ ਦੇਣੀ ਚਾਹੁੰਦਾ ਕਿ ਅਸੀਂ ਇਸ ਦੇਸ਼ ਦੇ ਅੰਦਰ ਇੱਟ ਦੇ ਨਾਲ ਇੱਟ ਖੜਕਾ ਦਿਆਂਗੇ ਜੇਕਰ ਇਸ ਦੇਸ਼ ਦੇ ਅਮਨ ਔਰ ਮਾਨ ਨੂੰ ਕਿਸੇ ਨੇ ਖਤਰਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਅੱਜ ਇਸ ਦੇਸ਼ ਦੇ ਅੰਦਰ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੇ ਲਈ ਜਾਂ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਦੇ ਲਈ ਜਾਂ ਇਸ ਡਿਜ਼ਾਸਟਰ ਜਾਂ ਇਸ ਕੁਦਰਤੀ ਕਰੋਪੀ ਦਾ ਮੁਕਾਬਲਾ ਕਰਨ ਦੇ ਲਈ ਜੇਕਰ ਅੱਜ ਅਸੀਂ ਲੋਕਡਾਊਨ ਹੋ ਕੇ ਘਰਾਂ ਦੇ ਵਿੱਚ ਬੈਠੇ ਹਾਂ ਔਰ ਆਪਣੀ ਆਪਣੀ ਜ਼ਿੰਮੇਵਾਰੀ ਸਮਝ ਕੇ ਹਰ ਜ਼ਰੂਰਤਮੰਦ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਹਾਂ, ਤਾਂ ਮੇਰੀ ਗੱਲ ਨੂੰ ਨੋਟ ਕਰ ਲਿਓ। ਪ੍ਰਸ਼ਾਸਨ ਦੀ ਇਹੋ ਜ਼ਿੰਮੇਵਾਰੀ ਬਣਦੀ ਆ ਕਿ ਜਿੱਥੇ ਲੋਕ ਆਪਣੀ ਜ਼ਿੰਮੇਵਾਰੀ ਸਮਝ ਕੇ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੇ ਆ, ਤਾਂ ਪ੍ਰਸ਼ਾਸਨ ਦੀ ਵੀ ਇਹੋ ਜ਼ਿੰਮੇਵਾਰੀ ਬਣਦੀ ਆ ਕਿ ਜਿਹੜੇ ਲੋਕ ਇਸ ਦੇਸ਼ ਦੇ ਅੰਦਰ ਇਹੋ ਜਿਹੀਆਂ ਸ਼ਡਿਆਂਤਰ ਸਾਜ਼ਿਸ਼ਾਂ ਕਰਦੇ ਆ ਜਿਹੜੀ ਇਸ ਦੇਸ਼ ਦੇ ਅੰਦਰ ਅਮਨ ਔਰ ਅਮਾਨ ਦੇ ਲਈ ਖਤਰਾ ਪੈਦਾ ਹੋ ਰਹੀਆਂ, ਉਹਨਾਂ ਲੋਕਾਂ ਨੂੰ ਵੀ ਨੱਥ ਪਾਉਣ ਦਾ ਪ੍ਰਸ਼ਾਸਨ ਪ੍ਰਬੰਧ ਕਰੇ ਔਰ ਇਸ ਦੇਸ਼ ਦੇ ਅੰਦਰ ਗੁੱਜਰ ਭਾਈਚਾਰਾ ਔਰ ਮੁਸਲਮਾਨ ਭਾਈਚਾਰੇ ਦੀ ਸੁਰੱਖਿਆਤਾ ਨੂੰ ਯਕੀਨੀ ਬਣਾਵੇ ਔਰ ਮੁਸਲਮਾਨ ਭਾਈਚਾਰੇ ਨੂੰ ਵੀ ਮੈਂ ਇਹੋ ਜਿਹੜਾ ਉਹਨਾਂ ਨੂੰ ਜਿਹੜਾ ਇਹੋ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਕਦੇ ਵੀ ਤੁਸੀਂ ਆਪਣੇ ਮਨ ਦੇ ਵਿੱਚ ਇਹੋ ਗੱਲ ਉਤਪੰਨ ਨਹੀਂ ਹੋਣ ਦੇਣੀ ਕਿ ਤੁਸੀਂ ਇਸ ਦੇਸ਼ ਦੇ ਅੰਦਰ ਜਿਹੜਾ ਆ ਤੁਹਾਡੇ ਨਾਲ ਵਿਤਕਰਾ ਹੁੰਦਾ। ਕਿਉਂਕਿ ਜਿੰਨਾ ਇਸ ਦੇਸ਼ ਦੇ ਅੰਦਰ ਹਿੰਦੂ ਦਾ, ਜਿੰਨਾ ਇਸ ਦੇਸ਼ ਦੇ ਅੰਦਰ ਕ੍ਰਿਸਚਨ ਦਾ, ਬੋਧੀ ਦਾ, ਜੈਨੀ ਦਾ, ਈਸਾਈ ਦਾ ਔਰ ਸਿੱਖ ਦਾ ਜਿੰਨਾ ਅਧਿਕਾਰ ਆ, ਉਨਾ ਹੀ ਇਸ ਦੇਸ਼ ਦੇ ਅੰਦਰ ਮੁਸਲਮਾਨ ਦਾ ਅਧਿਕਾਰ ਆ। ਔਰ ਇਸ ਦੇਸ਼ ਦਾ ਨਿਰਮਾਣ ਜਿਹੜਾ ਹੁੰਦਾ, ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਦੋਂ ਭਾਰਤ ਦਾ ਸੰਵਿਧਾਨ ਲਿਖਿਆ ਤਾਂ ਉਹਨਾਂ ਨੇ ਪਹਿਲੀ ਲਾਈਨ ਲਿਖੀ ਕਿ ਇੰਡੀਆ ਦੈਟ ਇਜ ਭਾਰਤ। ਕਿਉਂ ਭਾਰਤ ਦਾ ਇੰਡੀਆ ਦੀ ਟਰਾਂਸਲੇਟ ਕਿਉਂ ਕਰਨੀ ਪਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਕਿ ਭਾਰਤ ਦੇ ਵਿੱਚ ਹਰ ਉਹ ਧਰਮ, ਹਰ ਉਹ ਨਾਗਰਿਕ ਸਨਮਾਨ ਦਾ ਪਾਤਰ ਆ ਜਿਹੜਾ ਇਸ ਦੇਸ਼ ਦੇ ਧਰਤੀ ਤੇ ਵਸਿੰਦਾ ਆ ਜਾਂ ਰਹਿੰਦਾ ਆ। ਇਸ ਕਰਕੇ ਸਾਥੀਓ, ਕਿਸੇ ਤਰ੍ਹਾਂ ਵੀ ਆਪਣੇ ਮਨ ਦੇ ਵਿੱਚ ਜਿਹੜੀ ਆ ਉਹ ਗਲਤ ਫਹਿਮੀ ਪੈਦਾ ਨਹੀਂ ਕਰਨੀ। ਔਰ ਅੱਜ ਅਸੀਂ ਜਿਹੜਾ ਕੋਰੋਨਾ ਵਾਇਰਸ ਦੇ ਨਾਲ ਲੜਾਈ ਲੜਨੀ ਆ ਔਰ ਕੋਰੋਨਾ ਵਾਇਰਸ ਨੂੰ ਨੱਥ ਪਾ ਕੇ ਫਿਰ ਉਹਨਾਂ ਲੋਕਾਂ ਨੂੰ ਵੀ ਅਸੀਂ ਇਕੱਠੇ ਹੋ ਕੇ ਨੱਥ ਪਾਉਣੀ ਆ ਜਿਹੜੇ ਇਸ ਦੇਸ਼ ਦੇ ਅੰਦਰ ਫਿਰਕਾ ਪ੍ਰਸਤੀ ਦੀ ਜਿਹੜੀ ਆ ਅੱਗ ਦੇ ਵਿੱਚ ਝੋਕਣ ਲਈ ਦੇਸ਼ ਨੂੰ ਜਿਹੜਾ ਆ ਉਹ ਇੱਕ ਸ਼ਡਿਆਂਤਰ ਜਿਹੜਾ ਦੇਸ਼ ਦੇ ਨਾਲ ਕਰ ਰਹੇ ਆ। ਤਾਂ ਇੰਨੀ ਮੇਰੀ ਅਪੀਲ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਰੋ ਤਾਂ ਕਿ ਪ੍ਰਸ਼ਾਸਨ ਉਹਨਾਂ ਦੇ ਧਿਆਨ ਹੈ ਤੇ ਇਹੋ ਗੱਲ ਆ ਸਕੇ ਔਰ ਪ੍ਰਸ਼ਾਸਨ ਦੇ ਧਿਆਨ ਹੈ ਤੇ ਗੱਲ ਆਉਣ ਤੋਂ ਬਾਅਦ ਪ੍ਰਸ਼ਾਸਨ ਚੁਕੰਨਾ ਹੋ ਕੇ ਉਹਨਾਂ ਲੋਕਾਂ ਤੇ ਤੁਰੰਤ ਪ੍ਰਭਾਵ ਅਧੀਨ ਕਾਰਵਾਈ ਕਰੇ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਆ। ਔਰ ਜੇਕਰ ਤੁਸੀਂ ਇਸ ਵੀਡੀਓ ਨੂੰ ਵਾਇਰਲ ਨਹੀਂ ਕਰਨਾ ਚਾਹੁੰਦੇ ਤਾਂ ਆਪਣੀ ਭਾਸ਼ਾ ਦੇ ਵਿੱਚ ਜਾਂ ਆਪਣੀ ਕਮਾਂਡ ਦੇ ਵਿੱਚ ਜਾਂ ਆਪਣੀ ਮੁਖਾਰਵਿੰਦ ਤੋਂ ਇਸੇ ਤਰ੍ਹਾਂ ਲੋਕਾਂ ਨੂੰ ਅਪੀਲ ਕਰਕੇ, ਪ੍ਰਸ਼ਾਸਨ ਨੂੰ ਅਪੀਲ ਕਰਕੇ ਕਿ ਇਸ ਦੇਸ਼ ਦੇ ਅੰਦਰ ਇਹੋ ਜਿਹੇ ਲੋਕਾਂ ਨੂੰ ਨੱਥ ਪਾਈ ਜਾਵੇ ਔਰ ਤਾਂ ਕਿ ਇਸ ਦੇਸ਼ ਦੇ ਅੰਦਰ ਇਸ ਗੱਲ ਦਾ ਵੀ ਜਨ ਸਮਰਥਨ ਜੁਟਾਇਆ ਜਾ ਸਕੇ ਕਿ ਇਸ ਦੇਸ਼ ਦੇ ਅੰਦਰ ਕੋਰੋਨਾ ਵਾਇਰਸ ਇੱਕ ਡਿਜ਼ਾਸਟਰ ਹੈ, ਇੱਕ ਕੁਦਰਤੀ ਕਰੋਪ ਹੈ, ਕੁਦਰਤੀ ਆਫਤ ਆ ਔਰ ਇਹਨੂੰ ਕਿਸੇ ਧਰਮ ਵਿਸ਼ੇਸ਼ ਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ ਔਰ ਨਾ ਇਹਦੇ ਲਈ ਕੋਈ ਇੱਕ ਧਰਮ ਵਿਸ਼ੇਸ਼ ਜ਼ਿੰਮੇਵਾਰ ਆ। ਤੁਸੀਂ ਇਸ ਤਰ੍ਹਾਂ ਕਰੋਗੇ ਔਰ ਇਹਦੇ ਲਈ ਵੱਡੇ ਜਿਹੜਾ ਜਿੱਥੇ ਇਸ ਦੇਸ਼ ਦਾ ਦੇਸ਼ ਧਰੋਹੀ ਜਾਂ ਇਸ ਦੇਸ਼ ਦਾ ਵਿਰੋਧੀ ਜਾਂ ਇਸ ਦੇਸ਼ ਦੇ ਅਮਨ ਅਮਾਨ ਦੇ ਨਾਲ ਸ਼ਡਿਆਂਤਰ ਕਰਨ ਵਾਲੇ ਲੋਕ ਇਸ ਦੇਸ਼ ਦੇ ਅਮਨ ਅਮਾਨ ਦੇ ਨਾਲ ਸਾਜ਼ਿਸ਼ਾਂ ਦੇ ਤਹਿਤ ਉਹਨਾਂ ਨੂੰ ਭੰਗ ਕਰ ਰਹੇ ਆ, ਇਸੇ ਤਰ੍ਹਾਂ ਤੁਸੀਂ ਆਪਣੀ ਦੇਸ਼ ਭਗਤੀ ਦਾ ਸਬੂਤ ਦਿੰਦੇ ਹੋਏ ਆਪਣੇ ਲੋਕਾਂ ਦਾ ਜਿਹੜਾ ਉਹ ਮਾਇੰਡ ਜਿਹੜਾ ਆ ਉਹ ਇਸ ਤਰ੍ਹਾਂ ਦਾ ਬਣਾਉਣ ਦਾ ਪ੍ਰਯਾਸ ਕਰੂੰਗੇ ਕਿ ਹਰ ਭਾਰਤ ਦਾ ਵਾਸੀ ਇਸ ਭਾਰਤ ਦਾ ਵਸਿੰਦਾ ਆ ਔਰ ਹਰ ਭਾਰਤ ਦਾ ਜਿਹੜਾ ਵਸਿੰਦਾ ਆ ਉਹ ਇਸ ਦੇਸ਼ ਦੇ ਅੰਦਰ ਅਮਨ ਚਾਹੁੰਦਾ, ਭਾਈਚਾਰਕ ਸਾਂਝ ਚਾਹੁੰਦਾ ਔਰ ਇਸ ਤਰ੍ਹਾਂ ਤੁਸੀਂ ਕਰੋਗੇ ਇਸ ਆਸ ਔਰ ਉਮੀਦ ਦੇ ਨਾਲ। ਜੈ ਭੀਮ, ਜੈ ਭਾਰਤ, ਜੈ ਮੂਲ ਵਾਸੀ।